ਕਰਤਾਰ ਸਿੰਘ ਦੁੱਗਲ ਦੀ ਕਹਾਣੀ ਪਿਓ ਦੇ ਪਿਓ ਦੇ ਪਿਓ ਦਾ ਕਸੂਰ ਮੈਜਿਸਟ੍ਰੇਟ ਮੁਰਲੀ ਕ੍ਰਿਸ਼ਨ ਨਾਵਲ ਪੜ ਰਿਹਾ ਸੀ ਪਿਛਲੇ ਕੁਝ ਮਿੰਟਾਂ ਚ ਇੱਕ ਤੋਂ ਵਧੇກ ਵਾਰ ਰੁੱਕ ਕੇ ਉਸ ਆਪਣੀ ਅਨਕ ਸਾਫ ਕੀਤੀ ਕਦੀ ਸ਼ੀਸ਼ੇ ਸਾਫ ਕਰਦਾ ਕਦੀ ਡੰਡੀਆਂ ਸਾਫ ਕਰਦਾ ਕਦੀ ਜੋੜਾਂ ਦੇ ਕਬਜ਼ਿਆਂ ਨੂੰ ਨੋਹਾਂ ਨਾਲ ਕੱਸਣ ਦੀ ਕੋਸ਼ਿਸ਼ ਕਰਦਾ ਮੁੜ ਮੁੜ ਮੈਜਿਸਟ੍ਰੇਟ ਨਾਵਲ ਦੀ ਘਟਨਾ ਨੂੰ ਸੋਚਦਾ ਮੁੜ ਮੁੜ ਹੈਰਾਨ ਹੁੰਦਾ ਅਜੀਬ ਗੱਲ ਸੀ ਨਾਵਲ ਦੇ ਨਾਇਕ ਦੀ ਤ੍ਰਿਮਤ ਗੁਜ਼ਰ ਗਈ ਸੀ ਇਕੱਲਾ ਮਰਦ ਬੜਾ ਪਰੇਸ਼ਾਨ ਸੀ ਖਾਸ ਕਰ ਉਹਨੂੰ ਰੋਟੀ ਦੀ ਬੜੀ ਤਕਲੀਫ ਸੀ ਸੋਚ-ਸੋਚ ਕੇ ਉਸ ਸੰਤੀ ਨੂੰ ਕਿਹਾ ਉਸ ਲਈ ਸਵੇਰੇ ਸ਼ਾਮ ਦੋ ਫੁਲਕੇ ਲਾ ਦੇਆ ਕਰੇ ਤੇ ਸੰਤੀ ਉਹਨਾਂ ਦੇ ਝਾੜੂ ਦੇਣ ਆਇਆ ਕਰਦੀ ਸੀ ਸੰਤੀ ਸੁਣਿਆ ਤੇ ਹੱਸਣ ਲੱਗ ਪਈ ਹੱਸੀ ਜਾਏ ਹੱਸੀ ਜਾਏ ਹਾਸ ਹਾਸ ਕੇ ਉਹਦੀਆਂ ਗੱਲਾਂ ਲਾਲ ਬਿੰਬ ਹੋ ਗਈਆਂ ਉਹਦੀਆਂ ਮੋਟੀਆਂ-ਮੋਟੀਆਂ ਕਾਲੀਆਂ ਅੱਖਾਂ ਮਿਚ ਗਈਆਂ ਉਹਦੇ ਵਾਲਾਂ ਦੀਆਂ ਸਵਾਰੀਆਂ ਲਟਾਂ ਉਹਦੇ ਮੂੰਹ ਤੇ ਪੈਣ ਲੱਗ ਪਈਆਂ ਸਾਇਬ ਮੈਂ ਅਛੂਤ ਤੁਹਾਡੇ ਚੌਂਕੇ 'ਚ ਕਿਵੇਂ ਜਾ ਸਕਦੀ ਆ ਤੇ ਜਦੋਂ ਉਹਨੇ ਇਹ ਦੇਖ ਕੇ ਇਸ਼ਾਰਾ ਕੀਤਾ ਸੰਤੀ ਨੇ ਘਰ ਦੇ ਮਾਲਕ ਨੂੰ ਸਮਝਾਇਆ ਪਰ ਕਿਉਂ ਨਹੀਂ ਉਹ ਜ਼ਿੱਦ ਕਰ ਰਿਹਾ ਸੀ ਸਾਇਬ ਸਾਡੀ ਬਰਾਦਰੀ ਕੀ ਕਹੇਗੀ ਸੰਤੀ ਨੇ ਉਹਨੂੰ ਆਪਣੀ ਮਜਬੂਰੀ ਦੱਸੀ ਤੇ ਫਿਰ ਉਹ ਚੁੱਪ ਹੋ ਗਿਆ ਆਪਣੀ ਬਰਾਦਰੀ ਨੂੰ ਉਹ ਸਮਝਾ ਸਕਦਾ ਸੀ ਤੇ ਜੇ ਉਹ ਨਾ ਸਮਝਣ ਉਹਨਾਂ ਤੋਂ ਉਹ ਬੇਜ਼ੋਰ ਵੀ ਹੋ ਸਕਦਾ ਸੀ ਪਰ ਸੰਤੀ ਦੀ ਬਰਾਦਰੀ ਨੂੰ ਉਹ ਕਿਵੇਂ ਮਨਾਏ ਇੱਕ ਅਛੂਤ ਨੂੰ ਕੀ ਇਤਰਾਜ਼ ਹੋ ਸਕਦਾ ਸੀ ਉੱਚੀ ਜਾਤ ਵਾਲੇ ਕਿਸੇ ਦੀ ਰੋਟੀ ਪਕਾ ਦੇਵੇ ਉਹਨੂੰ ਇਹ ਗੱਲ ਸਮਝ ਨਹੀਂ ਆ ਰਹੀ ਸੀ ਤੇ ਫਿਰ ਸਵੇਰੇ ਸ਼ਾਮ ਜਦ ਸੰਤੀ ਉਸ ਘਰ ਆਉਂਦੀ ਜਿਵੇਂ ਉਹਦੀਆਂ ਪਲਕਾਂ ਪਿੱਛੇ ਚਿਤਰਿਆ ਹੋਵੇ ਸਾਹਿਬ ਮੈਂ ਤੇ ਤੁਹਾਡਾ ਕਿ ਆ ਕਦੀ ਵੀ ਨਾ ਮੋੜਾਂ ਪਰ ਮੈਂ ਮਜਬੂਰ ਹਾਂ ਸਾਡੀ ਬਰਾਦਰੀ ਡਾਢੀ ਤੇ ਸੰਤੀ ਦੀ ਮਜਬੂਰੀ ਤੋਂ ਜਾਣੂੰ ਉਹਨੂੰ ਸੰਤੀ ਚੰਗੀ ਲੱਗਣ ਲੱਗ ਪਈ ਜਿਉਂ ਜਿਉਂ ਦਿਨ ਬੀਤਦੇ ਉਹਨੂੰ ਹੋਰ ਚੰਗੀ ਲੱਗਦੀ ਉਹਦੀਆਂ ਅੱਖਾਂ 'ਚ ਹਮੇਸ਼ਾ ਇੱਕ ਹਮਦਰਦੀ ਇਸ ਲਈ ਚਿਤਰੀ ਹੁੰਦੀ। ਛਮਕ ਵਾਂਗਲੀ ਫਲਿੱਪ ਪੈਂਦੀ। ਉੱਚੀ ਲੰਮੀ ਸੰਤੀ ਹੱਸਦੀ-ਹੱਸਦੀ ਆਉਂਦੀ, ਗੌਂਦੀ-ਗੌਂਦੀ ਆਪਣਾ ਕੰਮ ਕਰਦੀ। ਕੰਮ ਕਰਕੇ ਝਾੜੂ ਨੂੰ ਆਪਣੇ ਸਿਰ ਤੇ ਟਿਕਾ, ਠੁਮਕ-ਠੁਮਕ ਟੋਰ ਜਾਂਦੀ। ਤੇ ਹਮੇਸ਼ਾ ਉਹਦੇ ਹੱਥ ਵਿੱਚ ਕੁਝ ਖਾਣ ਲਈ ਹੁੰਦਾ ਜਿਹੜਾ ਉਹਨੂੰ ਇਸ ਘਰ 'ਚੋਂ ਮਿਲਦਾ ਸੀ। ਪਿਛਲੇ ਕਈ ਦਿਨਾਂ ਤੋਂ ਕੁਝ ਨਾ ਕੁਝ ਜ਼ਰੂਰ ਬਚਿਆ, ਖੁੱਚਿਆ ਉਹਨੂੰ ਮਿਲ ਜਾਂਦਾ। ਕਦੀ ਕੋਈ ਮਠਿਆਈ, ਕਦੀ ਕੋਈ ਫਲ ਦਾ ਦਾਣਾ। ਤੇ ਹਰ ਰੋਜ਼ ਕੰਮ ਤੋਂ ਬਾਅਦ ਕੋਈ ਚੀਜ਼ ਲੈ ਕੇ ਸੰਤੀ ਕੰਜੂਸ ਵੇਖਦੀ ਸੀ ਜਿਵੇਂ ਚਾਨਣੀ 'ਚ ਖੜਿਆ ਹੋਇਆ ਜਵਾਰ ਦਾ ਪ੍ਰੋਟ ਹੋਵੇ ਸਾਬ ਤੇਰਾ ਵੇੜਾ ਵਸਦਾ ਰਹੇ ਹਰ ਰੋਜ਼ ਸੰਤੀ ਉਹਨੂੰ ਅਸੀਸ ਦਿੰਦੀ ਤੇ ਪੰਜੇ ਬਾਂਦੀ ਝੰਕਾਰ ਦਾ ਸੰਗੀਤ ਖਲੇਰ ਦੀ ਚਲੀ ਜਾਂਦੀ ਤੇ ਫਿਰ ਇੱਕ ਦਿਨ ਉਹਦੀ ਬੁੱਕ ਵਿੱਚ ਖੰਡ ਦੀਆਂ ਜੋੜੀਆਂ ਪਾ ਰਿਆ ਇਹਦੀਆਂ ਨਜ਼ਰਾਂ ਜਿਵੇਂ ਉਹਦੀਆਂ ਮੋਤੀਆਂ ਦੀ ਦਾਣੇ ਦੰਦਾਂ 'ਚ ਗੱਡ ਕੇ ਰਹਿ ਗਈਆਂ ਰਿਉੜੀਆਂ ਉਲਟ ਕੇ ਉਹਦੇ ਹੱਥ ਜਿਵੇਂ ਸ਼ਾਂਤੀ ਦੇ ਹੱਥਾਂ ਨਾਲ ਜੁੜ ਗਏ ਤੇ ਫਿਰ ਸ਼ਾਂਤੀ ਦਾ ਸਹਿ ਕਰਿਆ ਬੁੱਤ ਇਹਦੀਆਂ ਤੜਪ ਰਹੀਆਂ ਬਾਹਾਂ 'ਚ ਢੇਰੀ ਹੋ ਗਿਆ ਬੁੱਲੀਆਂ ਤੇ ਬੁੱਲੀਆਂ ਪਲਕਾਂ ਤੇ ਪਲਕਾਂ ਗੱਲਾਂ ਤੇ ਗੱਲਾਂ ਉਹਦੀਆਂ ਬਾਹਾਂ 'ਚ ਬਲੇਟੀ ਸ਼ਾਂਤੀ ਇੱਕ ਹਲੋਰ 'ਚ ਕੋਈ ਸਾਹਿਬ ਹੁਣ ਤੂੰ ਮੈਨੂੰ ਮਾਰ ਛੱਡ ਹਮੇਸ਼ਾ ਇੱਕ ਨਸ਼ੇ 'ਚ ਵਸੇ ਹੀ ਕਹਿੰਦੀ ਸਾਹਿਬ ਹੁਣ ਤੂੰ ਮੈਨੂੰ ਮਾਰ ਛੱਡ ਤੇ ਜ਼ਿੰਦਗੀ ਦੇ ਉਸ ਸਵਾਦ ਸਿਖਰ ਤੇ ਉਹ ਮੁੱਕ ਜਾਣਾ ਚਾਹੁੰਦੀ ਸੀ ਪਰ ਉਸ ਘਰ ਲਈ ਰੋਟੀ ਤਾਂ ਵੀ ਸੰਤੀ ਨਹੀਂ ਪਕਾ ਸਕਦੀ ਸੀ ਲੋਕ ਕੀ ਕਹਿਣਗੇ ਉਹਦੀ ਬਰਾਦਰੀ ਵਾਲੇ ਤਾਂ ਉਹਦੇ ਸੀਰਮੇ ਖਿੱਚ ਲੈਣ ਜੇ ਉਹਨਾਂ ਨੂੰ ਕਦੀ ਇਹ ਪਤਾ ਲੱਗ ਜਾਏ ਕਿ ਉਹ ਕਿਸੇ ਉੱਚੀ ਜਾਤ ਵਾਲੇ ਦੇ ਚੌਂਕੇ 'ਚ ਵੜੀ ਸੀ ਕੱਲ ਮੁਕੱਲੇ ਉਸ ਘਰ 'ਚ ਸੰਤੀ ਸਵੇਰੇ ਸ਼ਾਮ ਆਉਂਦੀ ਹਰ ਚੀਜ਼ ਨੂੰ ਸਾਂਭਦੀ ਸਲਿੱਟ ਦੀ ਬਿਸਰੇ ਦੀਆਂ ਚਾਦਰਾਂ ਸਹਰਾਣੀਆਂ ਦੇ ਉਛਾੜ ਬਦਲਦੀ ਪਰਦਿਆਂ ਦੀਆਂ ਕੁਰਜਾਂ ਨੂੰ ਠੀਕ ਕਰਦੀ ਜੀ ਕਰਦਾ ਰੇਡੀਓ ਚਲਾ ਦਿੰਦੀ ਜੀ ਕਰਦਾ ਰੇਡੀਓ ਬੰਦ ਕਰਾ ਦਿੰਦੀ ਕੁਸਲ ਖਾਨੇ ਚਾਪ ਨਹਾਉਂਦੀ ਆਪਣੇ ਮਹਿਬੂਬ ਦੀ ਪਿੱਠ ਮਲ ਮਲ ਕੇ ਉਹਨੂੰ ਨਹਾਉਂਦੀ। ਕਈ ਵਾਰ ਉਹਦੀਆਂ ਦੰਦੀਆਂ ਵਿੱਚ ਬਿਸਕਟ ਖੋ ਕੇ ਉਹ ਖਾਣ ਲੱਗ ਪੈਂਦਾ। ਸਭ ਤੋਂ ਚੰਗਾ ਲੱਗਦਾ ਜਦੋਂ ਕੁਝ ਖਾ ਰਿਹਾ ਉਹ ਆਪਣਾ ਚਮਚ ਸੰਤੀ ਦੀਆਂ ਦੰਦੀਆਂ 'ਚ ਆ ਰੱਖਦਾ। ਸੰਤੀ ਆਪਣੇ ਮੂੰਹ ਨੂੰ ਪੱਲੇ ਨਾਲ ਸਾਫ਼ ਕਰਦੀ ਉਹਦੇ ਨੈਣਾਂ 'ਚ ਵੇਖ ਕੇ ਰਹਿ ਜਾਂਦੀ। ਇੰਨਾ ਪਿਆਰ ਇੰਨਾ ਪਿਆਰ ਪਰ ਸੰਤੀ ਉਹਦੇ ਚੌਂਕੇ 'ਚ ਕਦੀ ਨਾ ਪੈਰ ਪਾਉਂਦੀ। ਡਿਊਡੀ ਦਾ ਬੂਆ ਅੰਦਰੋਂ ਬੰਦ ਹੁੰਦਾ ਤਾਂ ਵੀ ਉਹਦੇ ਚੌਂਕੇ ਵੱਲ ਸੰਤੀ ਕਦੀ ਨਾ ਜਾਂਦੀ। ਇੰਜੋ ਦਾ ਜਨਮ ਉਹ ਪ੍ਰਿਸ਼ਟ ਨਹੀਂ ਕਰੇਗੀ ਇੰਜ ਆਪਣੀਆਂ ਆਪਣੀ ਮਾਂ ਦੀ ਮਾਂ ਦੀ ਮਾਂ ਦੀ ਮਰਿਆਦਾ ਉਹ ਨਹੀਂ ਤੋੜੇਗੀ ਮੈਜਿਸਟ੍ਰੇਟ ਮੁਰਲੀ ਕ੍ਰਿਸ਼ਨ ਦੇ ਮੂੰਹ ਦਾ ਸਵਾਦ ਕਸੈਲਕ ਸੈਲਾ ਹੋ ਰਿਹਾ ਸੀ ਕਿਸ ਤਰ੍ਹਾਂ ਦਾ ਸਾਡਾ ਸਮਾਜ ਸੀ ਤੇ ਇਧਰ ਮੈਜਿਸਟ੍ਰੇਟ ਮੁਰਲੀ ਕ੍ਰਿਸ਼ਨ ਦੀ ਬਰਾਦਰੀ ਵਾਲੇ ਕਈ ਚਿਰਾਂ ਤੋਂ ਸਰਕਾਰ ਨਾਲ ਲਿਖਾ ਪੜੀ ਕਰ ਰਹੇ ਸਨ ਕਿ ਉਹਨਾਂ ਨੂੰ ਪਛੜੀਆਂ ਹੋਈਆਂ ਸ਼੍ਰੇਣੀਆਂ ਦੀ ਸੂਚੀ 'ਚ ਸ਼ਾਮਲ ਕਰ ਲਿਆ ਜਾਏ ਇਸ ਸੂਚੀ 'ਚ ਸ਼ਾਮਲ ਹੋ ਕੇ ਉਹਨਾਂ ਨੂੰ ਕਈ ਸਹੂਲਤਾਂ ਪ੍ਰਾਪਤ ਹੋ ਜਾਣੀਆਂ ਸਨ ਉਹਨਾਂ ਦੇ ਬੱਚਿਆਂ ਦੀ ਸਕੂਲਾਂ ਕਾਲਜਾਂ ਚ ਪੜ੍ਹਾਈ ਮੁਫਤ ਹੋ ਜਾਣੀ ਸੀ ਉਹਨਾਂ ਨੂੰ ਨੌਕਰੀਆਂ ਛੇਤੀ ਮਿਲ ਜਾਣੀਆਂ ਸਨ ਤੇ ਮੈਜਿਸਟਰੇਟ ਮੁਰਲੀਕ੍ਰਿਸ਼ਨਾ ਭਾਵੇਂ ਸੈਸ਼ਨ ਜੱਜ ਬਣ ਜਾਏ ਪੁਰਾਣਾ ਇਤਿਹਾਸ ਖੋਜ ਕੇ ਬਰਿਆਂ ਵੱਧੀ ਪੁਰਾਣੀ ਸਰਕਾਰੀ ਕਾਗਜ਼ਾਂ ਨੂੰ ਫਰੋਲ ਕੇ ਉਹਨਾਂ ਇਹ ਸਾਬਤ ਕੀਤਾ ਸੀ ਕਿ ਉਹ ਲੋਕ ਅਸਲੋਂ ਹਰੀਜਨ ਸਨ ਕਈ ਸਾਲ ਹੋਏ ਕਿਸੇ ਗਲਤੀ ਨਾਲ ਉਹਨਾਂ ਦਾ ਨਾਂ ਇਸ ਸੂਚੀ ਚ ਛੇਕ ਦਿੱਤਾ ਗਿਆ ਸੀ ਸਰਕਾਰ ਕਹਿੰਦੀ ਸੀ ਉਹ ਛੂਤ ਨਹੀਂ ਮੈਜਿਸਟਰੇਟ ਮੁਰਲੀਕ੍ਰਿਸ਼ਨ ਦੀ ਜਾਤ ਵਾਲੇ ਕਹਿੰਦੇ ਸਨ ਉਹ ਛੂਤ ਹਨ ਤਿਆ ਕਰ ਰਹੀ ਨਾ ਮਕਦਮਾ ਜਿੱਤ ਲਿਆ ਤੇ ਸਾਰੀਆਂ ਰਾਜਤਾਂ ਜਿਹੜੀਆਂ ਹਰੀ ਜਨਾਂ ਨੂੰ ਮਿਲਦੀਆਂ ਸਨ ਇਹਨਾਂ ਦੀ ਜਾਤ ਵਾਲਿਆਂ ਨੂੰ ਵੀ ਮਿਲਣ ਲੱਗ ਪਈਆਂ ਚਾਰ ਦਿਨ ਤੇ ਮੈਜਿਸਟ੍ਰੇਟ ਮੁਰਲੀ ਕ੍ਰਿਸ਼ਨ ਦੀ ਤਰੱਕੀ ਹੋ ਗਈ ਤੇ ਇਸ ਛੋਟੀ ਉਮਰ ਚ ਸੈਸ਼ਨ ਜੱਜੀ ਲੋਕੀ ਸੋਚਦੇ ਉਹ ਤੇ ਭਾਵੇਂ ਸੁਪਰੀਮ ਕੋਰਟ ਤੱਕ ਪੁੱਜ ਜਾਏਗਾ ਅਜੇ ਤੇ ਉਹਦਾ ਵਿਆਹ ਵੀ ਨਹੀਂ ਹੋਇਆ ਸੀ ਤੇ ਕਾਲਜ ਪਾਸ ਕਰਕੇ ਉਹ ਬਸ ਇਮਤਿਹਾਨ ਦਿੱਤਾ ਸੀ ਤੇ ਨੌਕਰੀ ਜਿਵੇਂ ਟੋਲਦੀ ਹੋਈ ਉਹਨੂੰ ਉਹਦੇ ਪਿੱਛੇ-ਪਿੱਛੇ ਲੱਗੀ ਆਈ ਸੀ ਤੇ ਫਿਰ ਸੈਸ਼ਨ ਜੱਜ ਮੁਰਲੀਕ੍ਰਿਸ਼ਨ ਨੇ ਕੁੜੀਆਂ ਦੇ ਕਾਲਜ ਦੇ ਇੱਕ ਫੈਸ਼ਨੇਬਲ ਪ੍ਰੋਫੈਸਰ ਨਾਲ ਵਿਆਹ ਕਰ ਲਿਆ। ਜਾਨਕੀ ਅੰਤਾ ਦੀ ਸੋਹਣੀ ਕੁੜੀ ਸੀ। ਵਲੈਤਵਾਸ ਜਾਤ ਦੀ ਬ੍ਰਾਹਮਣ ਕੁੜੀ ਦੇ ਮਾਪਿਆਂ ਨੇ ਸੁਣਿਆ ਸਿਰ ਪਿੱਟ ਕੇ ਰਹਿ ਗਏ। ਭਾਵੇਂ ਪੜ੍ਹੇ ਲਿਖੇ ਲੋਕ ਸਨ, ਜਾਤ ਬਰਾਦਰੀ ਦੀ ਕੋਈ ਮਰਿਆਦਾ ਤੇ ਹੁੰਦੀ ਹੈ। ਬੜਾ ਸ਼ੋਰ ਮੱਚਿਆ, ਬੜਾ ਰੌਲਾ ਪਿਆ ਪਰ ਕੁੜੀ ਆਪਣੇ ਫੈਸਲੇ ਤੇ ਜਮੇ ਰਹੀ ਤੇ ਆਖਰ ਉਸ ਮੰਨ ਮਰਜ਼ੀ ਕਰ ਲਈ। ਇਹ ਵਿਆਹ ਕਰਕੇ ਜਾਨਕੀ ਦੇ ਭੈਣ ਭਰਾ ਸਾਰੇ ਛੁੱਟ ਗਏ। ਸੁਹਾਗਰਾਤ ਜਾਨਕੀ ਦੀਆਂ ਬੁੱਲੀਆਂ ਤੇ ਬੁੱਲੀਆਂ ਰੱਖੀ ਮੁਰਲੀ ਕ੍ਰਿਸ਼ਨ ਨੇ ਪੋਲੇ ਜਿਓ ਨੂੰ ਆਪਣੇ ਮਨ ਦੀ ਗੱਲ ਦੱਸੀ ਮੈਂ ਸੋਚਿਆ ਸੀ ਮੈਂ ਵਿਆਹ ਕੀਤਾ ਤਾਂ ਇੱਕ ਬ੍ਰਾਹਮਣ ਕੁੜੀ ਨਾਲ ਕਰਾਂਗਾ ਆਪਣੇ ਪਿਓ ਦੇ ਪਿਓ ਦੇ ਪਿਓ ਦਾ ਬਦਲਾ ਲੈਣ ਲਈ ਹੱਸਦੀ ਹੋਈ ਜਾਨਕੀ ਨੇ ਉਹਨੂੰ ਛੇੜਿਆ ਤੇ ਫਿਰ ਉਹਨੂੰ ਪਿਆਰ ਕਰਨ ਲੱਗ ਪਈ ਜਾਨਕੀ ਆਪਣੇ ਮਰਦ ਨੂੰ ਆਖਰਾਂ ਦਾ ਪਿਆਰ ਕਰਦੀ ਸੀ ਇੰਨੇ ਵਰੇ ਜਿਵੇਂ ਰੋਕ ਰੋਕ ਡੱਕ ਡੱਕ ਉਹ ਸਪਣੀ ਮੁਹੱਬਤ ਨੂੰ ਰੱਖਿਆ ਹੋਵੇ ਆਪਣੇ ਮਹਿਬੂਬ ਤੇ ਉਹ ਸਭ ਕੁਝ ਲੁਟਾ ਦਿੱਤਾ ਇੱਕ ਇੱਕਰਮਾਨ ਉਹਦਾ ਪੂਰਾ ਕੀਤਾ ਇੱਕ ਇੱਕ ਸੱਦਰ ਆਪਣੀ ਲਾ ਲਈ ਤੇਰੇ ਸਾਲ ਵੀ ਨਹੀਂ ਗੁਜ਼ਰਿਆ ਸੀ ਕਿ ਉਹਨਾਂ ਦੇ ਵਿਆਹ ਨੂੰ ਕਿ ਉਹਨਾਂ ਦੇ ਘਰ ਚ ਇੱਕ ਬੱਚਾ ਹੋਇਆ ਗੋਰੀ ਚਿੱਟੀ ਘਟੌਣੇ ਤੱਕ ਡੋਣਾ ਉਹਨਾਂ ਦੀ ਧੀ ਇਨ ਬਿਦ ਆਪਣੀ ਮਾਂ ਦੀ ਸ਼ਕਲ ਸੀ ਸੜਕ ਤੇ ਗੁਜ਼ਰ ਰਹੇ ਲੋਕੀ ਖਲੋਖ ਲੋਕੇ ਬੱਚੀ ਨੂੰ ਲਾਡ ਕਰਨ ਲੱਗਦੇ ਫਿਰ ਇੱਕ ਹੋਰ ਬੱਚਾ ਇਸ ਵਾਰ ਮੁੰਡਾ ਸੀ ਜਿਵੇਂ ਚੰਨ ਦਾ ਟੁਕੜਾ ਹੋਵੇ ਇੱਕ ਕੁੜੀ ਇੱਕ ਮੁੰਡਾ ਜਾਨਕੀ ਦਾ ਘਰ ਵਾਲਾ ਖੁਸ਼ ਸੀ ਜਾਨਕੀ ਬੜੀ ਖੁਸ਼ ਸੀ ਇੱਕ ਵਾਰਾ ਦੋ ਵਰੇ ਆਖਰ ਜਾਨਕੀ ਦੇ ਮਾਪੇ ਮੰਨ ਗਏ ਧੀ ਕਿਵੇਂ ਸੁੱਟੀ ਜਾ ਸਕਦੀ ਸੀ ਉਹਨਾਂ ਦੀ ਬਰਾਦਰੀ ਨੇ ਵੀ ਜਿਵੇਂ ਇਸ ਰਿਸ਼ਤੇ ਨੂੰ ਪ੍ਰਵਾਨ ਕਰ ਲਿਆ ਹੁਣ ਇਸ ਵਿਆਹ ਦੀ ਘਰ ਘਰ ਗਲੀ ਗਲੀ ਚਰਚਾ ਨਹੀਂ ਸੀ ਹੁੰਦੀ ਹੁਣ ਜਾਨਕੀ ਦੇ ਹੱਥ ਦਾ ਜ਼ਿਕਰ ਕਰਕੇ ਉਹਦੇ ਨਾਲ ਦੀਆਂ ਕੁੜੀਆਂ ਕੰਨਾਂ ਨੂੰ ਹੱਥ ਨਹੀਂ ਸੀ ਲਾਉਂਦੀਆਂ ਜਿਸ ਸੋਸਾਇਟੀ 'ਚ ਉੱਠਦੇ ਬੈਠਦੇ ਸਨ ਉਹ ਸੋਸਾਇਟੀ ਕਿੰਨੀ ਛੇਤੀ ਬਦਲ ਰਹੀ ਸੀ ਕਿੰਨੀ ਰਵਾਇداری ਉਸ ਵਿੱਚ ਆ ਰਹੀ ਸੀ ਤੇ ਜਾਨਕੀ ਦਾ ਜੀਵਨ ਖੁਸ਼ੀਆਂ ਗੁਜ਼ਰਨ ਲੱਗ ਪਿਆ ਦੋ ਬੱਚਿਆਂ ਦੀ ਮਾਂ ਉਸ ਕਦੋਂ ਦਾ ਕਾਲਜ ਪੜਾਉਣਾ ਬੰਦ ਕਰ ਦਿੱਤਾ ਸੀ ਸਾਰਾ ਦਿਨ ਉਹ ਦਾ ਉੱਪਰ ਤਲੀ ਦੇ ਬੱਚਿਆਂ ਦੀ ਟਹਿਲ ਚ ਗੁਜ਼ਰ ਜਾਂਦਾ ਜਾਂ ਬੱਚਿਆਂ ਦੇ ਪਿਤਾ ਦੀ ਖਾਤਰ ਵਿੱਚ ਸਿਵਲ ਲਾਈਨ 'ਚ ਸਭ ਤੋਂ ਪਿਆਰਾ ਉਹਨਾਂ ਦਾ ਬੰਗਲਾ ਸੀ ਉਹਨਾਂ ਦੇ ਨੌਕਰ ਸਲੀਕੇ ਵਾਲੇ ਉਹਨਾਂ ਦਾ ਬਾਗਿਚਾ ਸੁੰਦਰ ਹਰ ਕੋਈ ਖੁਸ਼ੀਆਂ ਖਿਲੈ ਰਿਹਾ ਸੀ ਉਨਾ ਦਿਨਾਂ ਚ ਮੁਰਲੀ ਕ੍ਰਿਸ਼ਨ ਕੋਲੇ ਇੱਕ अजीਬ ਮੁਕੱਦਮਾ ਆਇਆ ਹੋਇਆ ਸੀ। ਜਵਾਨ ਜਹਾਨ ਇੱਕ ਹਰੀਜਨ ਕੁੜੀ ਨੇ ਆਪਣੇ ਜ਼ਿਮੀਦਾਰ ਦੇ ਪੁੱਤਰ ਦਾ ਗਲਾ ਘੋਪ ਦਿੱਤਾ ਸੀ। ਉੱਚੀ ਲੰਮੀ ਚਮਾਰਨ ਜਿਵੇਂ ਚਟਾਨ ਨੂੰ ਕੱਟ ਕੇ ਕਿਸੇ ਉਹਦੇ ਅੰਗ-ਅੰਗ ਘੜਿਆ ਹੋਵੇ। ਉਹਦੇ ਚਿਹਰੇ ਤੋਂ ਨਜ਼ਰ ਪਈ ਤਿਲਕ ਦੀ ਸੀ। ਮੋਟੀਆਂ-ਮੋਟੀਆਂ ਸ਼ਰਾਬੀ ਅੱਖੀਆਂ। ਖੁੱਲਾ ਚੌੜਾ ਮੱਥਾ ਮੈਲਟੀਆਂ-ਮੈਲਟੀਆਂ ਗੱਲਾਂ ਦੀ ਲਾਲੀ ਜਿਵੇਂ ਡੁੱਲ-ਡੁੱਲ ਪੈਰੀ ਹੋਵੇ। ਕੇਰਾਂ ਦੀ ਜਵਾਨੀ ਕੁੜੀ ਤੇ ਲੱਥੀ ਹੋਈ ਸੀ ਹੇਟ ਹਰ ਕਿਸੇ ਨੂੰ ਕਹਿੰਦੀ ਰਹੀ ਮੈਂ ਇਸ ਮੁੰਡੇ ਨੂੰ ਮਾਰਿਆ ਪਰ ਕਿਉਂ ਮਾਰਿਆ ਇਸ ਦਾ ਜਵਾਬ ਮੈਂ ਉੱਤੇ ਸੈਸ਼ਨ ਚ ਦਿਆਂਗੀ ਤੇ ਉਸ ਕੁੜੀ ਦੀ ਕਹਾਣੀ ਸੁਣ ਕੇ ਮੁਰਲੀ ਕ੍ਰਿਸ਼ਨ ਤੇ ਮੁਰਲੀ ਕ੍ਰਿਸ਼ਨ ਦੇ ਪੈਰਾਂ ਹੇਟੋ ਜ਼ਮੀਨ ਨਿਕਲ ਗਈ ਮੈਂ ਪਹਿਲਿਆਂ ਚ ਕੰਮ ਕਰ ਰਹੀ ਸਾਂ ਕਿ ਜ਼ਿਮੀਦਾਰ ਦੇ ਪੁੱਤਰ ਨੇ ਮੈਨੂੰ ਪਿੱਛੋ ਆ ਕੇ ਫੜ ਲਿਆ ਨਿੱਕੀ ਨਿੱਕੀ ਫੋਅਰ ਪੈ ਕੇ ਹਟੀ ਸੀ ਹਰੀ ਹਰੀ ਘਾਹ ਦੇ ਸਜਰੀਏ ਸਜਰੀਆਂ ਕਣੀਆਂ ਜਿਵੇਂ ਤਰੇਲ ਦੇ ਮੋਤੀ ਕਿਸੇ ਪਰੋਏ ਹੋਣ ਮੈਂ ਕਹਿੰਦੀ ਰਹੀ ਸਰਕਾਰ ਮੈਂ ਚ ਮਾਰੀ ਆ ਸਰਕਾਰ ਮੈਂ ਚ ਮਾਰੀ ਆ ਪਰ ਮੇਰੀ ਇੱਕ ਨਾ ਸੁਣੀ ਤੇ ਮੈਨੂੰ ਉਂਝ ਦਾ ਉਂਝ ਘਰ ਤੋਂ ਟਾ ਲਿਆ ਜ਼ਿਮੀਦਾਰ ਦਾ ਪੁੱਤ ਮੈਂ ਇਹਨੂੰ ਇਨਕਾਰ ਕਿਵੇਂ ਕਰਦੀ ਪਤਾ ਨਹੀਂ ਕਿੰਨਾ ਚਿਰ ਬੀਤੀਆ ਅਸੀਂ ਉਂਝ ਦੇ ਉਂਝ ਪਏ ਸੀ ਉਤਟਰ ਕਾਲਾਂ ਪੈ ਚੁੱਕੀਆਂ ਸੀ ਤੇ ਮੈਨੂੰ ਲੱਗਿਆ ਜਿਵੇਂ ਮੇਰੀਆਂ ਅੱਖਾਂ ਮੁੰਦ-ਮੁੰਦ ਜਾ ਰਹੀਆਂ ਹੋਣ ਇੱਕ ਹਿਲੋਰ ਜੇ ਵਿੱਚ ਆ ਕੇ ਮੈਂ ਕਹਿ ਰਹੀ ਸਾਂ ਮੇਰੀ ਸਰਕਾਰ ਤੂੰ ਹੁਣ ਮੇਰੀਆਂ ਦੰਨੀਆਂ ਚੁੰਮ ਲੈ ਮੇਰੇ ਬੁੱਲਾਂ ਨੂੰ ਜਿਵੇਂ ਅੱਗ ਲੱਗ ਗਈ ਹੋਵੇ ਪਰ ਇਹ ਮੇਰਾ ਮੂੰਹ ਨਹੀਂ ਚੁੰਮ ਰਿਆ ਮੜ-ਮੜ ਮੈਂ ਮੂੰਹ ਇਹਦੇ ਮੂੰਹ ਕੋਲ ਲੈ ਜਾਂਦੀ ਆਪਣਾ ਮੂੰਹ ਪਰੇ ਕਰ ਲੈਂਦਾ ਫਿਰ ਪਤਾ ਨਹੀਂ ਕੀ ਹੋਇਆ ਮੇਰੀਆਂ ਅੱਖਾਂ ਚਿਕ ਵਹਿਸ਼ਤ ਜਿਹੀ ਆਈ ਮੈਂ ਆਪਣੇ ਦੋਹਾਂ ਹੱਥਾਂ ਨਾਲ ਇਹਦੇ ਗਲੇ ਨੂੰ ਫੜ ਲਿਆ ਗਲੇ ਨੂੰ ਉਂਜਦਾ ਉਂਜ ਫੜੀ ਮੈਂ ਇਹਨੂੰ ਚੁੰਮਣ ਲੱਗ ਪਈ ਚੁੰਮਦੀ ਗਈ ਚੁੰਮਦੀ ਗਈ ਚੁੰਮਦੀ ਗਈ ਇਹਦੀਆਂ ਬੁੱਲੀਆਂ ਨੂੰ ਇਹਦੀਆਂ ਦੰਦੀਆਂ ਨੂੰ ਇਹਦੀਆਂ ਅੱਖੀਆਂ ਨੂੰ ਫਿਰ ਜਦੋਂ ਇਹਦਾ ਗਲਾ ਮੈਂ ਛੱਡਿਆ ਇਹ ਠੰਡਾ ਹੋ ਚੁੱਕਾ ਸੀ ਮੂਲੀ ਕ੍ਰਿਸ਼ਨ ਨੇ ਬੜੇ-ਬੜੇ ਮੁਕੱਦਮੇ ਸੁਨੇ ਸਨ ਪਰ ਇਸ ਤਰ੍ਹਾਂ ਦਾ ਮੁਕੱਦਮਾ ਉਹਦੀ ਨਜ਼ਰ ਵਿੱਚੋਂ ਕਦੀ ਕਦੀ ਨਹੀਂ ਗੁਜ਼ਰਿਆ ਸੀ ਕਚਹਿਰੀ ਚ ਕਚਹਿਰੀਓਂ ਮੁੜ ਕੇ ਘਰ ਅਚਾਨਕ ਉਹਦੇ ਕੰਨਾਂ 'ਚ ਚਮਾਰਨ ਕੁੜੀ ਦੇ ਉਹ ਬੋਲ ਗੂੰਜਣ ਲੱਗ ਪੈਂਦੇ ਮੇਰੇ ਸਰਕਾਰ ਤੂੰ ਹੁਣ ਮੈਨੂੰ ਦੰਦਿਆਂ ਚੁੰਮ ਲੈ ਮੇਰੇ ਭੁੱਲਾ ਨੂੰ ਜਿਵੇਂ ਅੱਗ ਲੱਗੀ ਹੋਵੇ ਪਰ ਇਹ ਮੇਰਾ ਮੂੰਹ ਨਹੀਂ ਚੁੰਮ ਰਿਆ ਉਸ ਦਿਨ ਤੋਂ ਬਾਅਦ ਮੁਰਲੀ ਕ੍ਰਿਸ਼ਨ ਤੋਂ ਆਪਣੀ ਤ੍ਰਿਮਤ ਦਾ ਮੂੰਹ ਨਾ ਚੁੰਮਿਆ ਜਾਂਦਾ ਹਰ ਛੇਣ ਹਰ ਪਲ ਉਹ ਤੋਂ ਦੂਰ ਹੋ ਰਿਹਾ ਸੀ ਉਹਨੂੰ ਕੁਝ ਸਮਝ ਨਾ ਆਉਂਦੀ ਉਹ ਤੋਂ ਆਪਣੇ ਬੱਚਿਆਂ ਦੀ ਮਾਂ ਵੱਲ ਵੇਖਿਆ ਨਾ ਜਾਂਦਾ ਜਾਨਕੀ ਹੈਰਾਨ ਸੀ ਉਹਦੇ ਘਰ ਵਾਲੇ ਨੂੰ ਕੀ ਹੋ ਗਿਆ ਸੀ ਹਰ ਵੇਲੇ ਉਦਾਸ ਸੇਰਾ ਹਰ ਵੇਲੇ ਗੁੰਮਿਆ ਗੁੰਮਿਆ ਨਾ ਘਰ ਚ ਕੋਈ ਦਿਲਚਸਪੀ ਤੇ ਨਾ ਬੱਚਿਆਂ ਦੀ ਮਾਂ ਚ ਕੋਈ ਦਿਲਚਸਪੀ ਹਫ਼ਤੇ ਦੋ ਹਫ਼ਤੇ ਮਹੀਨਾ ਦੋ ਮਹੀਨੇ ਤੇ ਹੋਰ ਵੀ ਗੁਜ਼ਰਨ ਲੱਗੇ ਤੇ ਜਾਨਕੀ ਹਰ ਕੋਸ਼ਿਸ਼ ਕਰ ਹਟੇ ਪਰ ਉਹਨੂੰ ਕੋਈ ਕਾਮਯਾਬੀ ਨਾ ਮਿਲੀ ਤੇ ਫੇਰ ਉਹਨੂੰ ਪਤਾ ਲੱਗਾ ਕਿ ਉਹਦੇ ਖਾਵਨ ਦਾ ਵਿਲਾਕ ਕਿੱਥੇ ਬੀਤਦਾ ਸੀ ਕਿਉਂ ਉਸ ਦਾ ਮਰਦ ਉਹ ਤੋਂ ਦੂਰ ਹੋ ਰਿਹਾ ਸੀ ਪਹਿਲੇ ਜਾਨਕੀ ਨੂੰ ਸ਼ੱਕ ਜਿਆ ਸੀ ਤੇ ਹੁਣ ਉਹਨੂੰ ਕੁੱਚਰ ਉਸ ਪਿੱਛਾ ਕੀਤਾ ਤੇ ਫਿਰ ਉਹਦਾ ਸ਼ੱਕ ਯਕੀਨ ਚ ਬਦਲ ਗਿਆ ਸ਼ਹਿਰ ਦੇ ਸਰਕਾਰੀ ਸਕੂਲ ਦੀ ਕੋਈ ਉਸਤਾਨੀ ਸੀ ਜਾਨਕੀ ਨੂੰ ਚਾਰੇ ਕਪੜੇ ਅੱਗ ਲੱਗ ਗਏ ਕਾਲ ਪਰਮਾ ਰੰਗ ਉਸਤਾਨੀ ਜਾਤ ਦੀ ਹਰੀਜਨ ਸੀ ਜਾਨਕੀ ਸੋਚਦੀ ਆਪਣੇ ਆਪ ਨੂੰ ਕੁਝ ਕਰ ਲਏਗੀ ਤੇ ਫਿਰ ਜਾਨਕੀ কুরਲਾ কুরਲਾ ਕੇ ਥੱਕ ਲੱਥੀ ਕਰਲੇ ਲੈ ਲੈ ਕੇ ਹਾਰ ਗਈ ਕਿਸ ਮੂੰਹ ਨਾਲ ਉਹ ਮੁੜ ਮਾਪਿਆਂ ਦੇ ਜਾਏ ਪਰ ਉਹਦਾ ਖਾਬੰਦ ਟਸ ਤੋਂ ਮਸ ਨਾ ਹੋਇਆ ਨਾ ਉਹਨੂੰ ਬੱਚਿਆਂ ਦਾ ਖਿਆਲ ਸੀ ਨਾ ਬੱਚਿਆਂ ਦੀ ਮਾਂ ਦਾ ਕੋਈ ਡਰ ਸੀ ਹਰ ਰੋਜ਼ ਉਹਨਾਂ ਤੋਂ ਕੋਹਾਂ ਦੂਰ ਹੋ ਰਿਆ ਸੀ ਜਾਨਕੀ ਸੋਚਦੀ ਉਹਦਾ ਮਰਦ ਉਹਨੂੰ ਛੱਡ ਦੇਵੇ ਉਹ ਵੱਖ ਰਹਿ ਲਏਗੀ ਫਿਰ ਨੌਕਰੀ ਕਰਕੇ ਆਪਣੇ ਬੱਚਿਆਂ ਨੂੰ ਪਾਲ ਲਏਗੀ ਪਰ ਨਾ ਉਹਨੂੰ ਉਹ ਛੱਡਦਾ ਸੀ ਨਾ ਉਹਨੂੰ ਮੂਹ ਲਾਂਦਾ ਸੀ ਹਰ ਸ਼ਾਮ ਉਹਦੀ ਸਕੂਲ ਦੀ ਉਸਤਾਨੀ ਦੇ ਘਰ ਗੁਜ਼ਰਦੀ ਸੀ ਜਾਨ ਕੀ ਜਿਵੇਂ ਸੂਲੀ ਤੇ ਚੜੀ ਹੋਵੇ ਉਹ ਸੋਚਦੀ ਕਿਸ ਕਿਸ ਦੀ ਇਹ ਸਜ਼ਾ ਉਹ ਭੋਗ ਰਹੀ ਸੀ ਆਖਰ ਉਹਦਾ قصور ਕੀ ਸੀ ਧੰਨਵਾਦ